ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੁੱਦੇ ਤੇ ਚਰਜੀਤ ਸਿੰਘ ਚੰਨੀ ਨੇ ਅਮਿਤ ਸ਼ਾਹ ਤੋਂ ਸਮਾਂ ਮੰਗ ਲਿਆ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਪੰਜਾਬ ਹਰਿਆਣਾ ਦੀ ਨੁਮਾਇੰਦਗੀ ਖਤਮ ਕਰਨ ਤੋਂ ਬਾਅਦ ਪੰਜਾਬ ਦੀਆਂ ਸਿਆਸੀ ਸਫਾਂ ਦੇ ਨਾਲ ਨਾਲ ਪੰਥਕ ਧਿਰਾਂ ਵਿੱਚ ਵੱਡੀ ਚਰਚਾ ਛਿੜੀ ਹੋਈ ਹੈ ਕਿ ਪੰਜਾਬ ਦੇ ਫੈਡਰਲ ਸਟਰਕਚਰ ਦੇ ਵਿੱਚ ਸਿੱਧੀ ਸੱਟ ਹੈ। ਪਾਣੀ ਪੰਜਾਬ ਦੇ ਧਰਤੀ ਪੰਜਾਬ ਦੀ ਡੈਮ ਪੰਜਾਬ ਦੀ ਧਰਤੀ ਤੇ ਲੱਗਿਆ, ਪੈਸਾ ਪੰਜਾਬ ਨੇ ਲਾਇਆ ਤੇ ਪੰਜਾਬ ਤੇ ਹਰਿਆਣੇ ਨੂੰ ਹੀ ਇਸ ਨੁਮਾਇੰਦਗੀ ਦੇ ਵਿੱਚੋਂ ਬਾਹਰ ਕੱਢਣ ਦੇ ਮਾਇਨੇ ਬਹੁਤ ਵੱਡੇ ਦੇਖੇ ਜਾ ਰਹੇ ਨੇ, ਕਿਉਂਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਜਿਸ ਦਾ ਮਕਸਦ ਪੰਜਾਬ ਹਰਿਆਣਾ ਸਣੇ ਚੰਡੀਗੜ੍ਹ ਨੂੰ ਬਿਜਲੀ ਪ੍ਰਦਾਨ ਕਰਨਾ ਹੁੰਦਾ, ਕਿਉਂਕਿ ਡੈਮਾਂ ਤੇ ਵੱਡੀ ਗਿਣਤੀ 'ਚ ਸੁਰੱਖਿਆ ਪੰਜਾਬ ਦੀ ਪੁਲਿਸ ਅਤੇ ਹਿਮਾਚਲ ਦੀ ਪੁਲਿਸ ਕਰਦੀ ਸੀ। ਇਸ ਤੋਂ ਬਾਅਦ ਜਦੋਂ ਨੁਮਾਇੰਦਗੀ ਦੋਹਾਂ ਸੂਬਿਆਂ ਦੀ ਖਤਮ ਹੋਈ, ਹਾਲਾਂਕਿ 1966 ਦਾ ਜ਼ਿਕਰ ਕਰੀਏ ਤਾਂ 1966 ਦੇ ਵਿੱਚ ਪੰਜਾਬ ਪੁਨਰ ਗਠਨ ਐਕਟ ਆ ਜਿਸ ਵਿੱਚ ਪੰਜਾਬ ਹਰਿਆਣਾ ਹਿਮਾਚਲ ਦਾ ਜ਼ਿਕਰ ਹੁੰਦਾ। ਮਹਾਂਪੰਜਾਬ ਕਿਸੇ ਵੇਲੇ ਹੁੰਦਾ ਸੀ ਤਾਂ ਹਿਮਾਚਲ ਹਰਿਆਣੇ ਨੂੰ ਜਦੋਂ ਵੱਖ ਕੀਤਾ ਗਿਆ ਤਾਂ ਪੰਜਾਬ ਦੀ ਧਰਤੀ 'ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਲੱਗਿਆ। ਤਾਂ ਅਨਮੋਲ ਗੁਲਾਟੀ ਇਸੇ ਖਬਰ 'ਤੇ ਜਾਣਕਾਰੀ ਦੀ ਜ਼ਿਆਦਾ ਸਾਂਝ ਪਾਉਣਗੇ। ਅਨਮੋਲ, ਚਰਜੀਤ ਸਿੰਘ ਚੰਨੀ ਅਮਿਤ ਸ਼ਾਹ ਤੋਂ ਸਮਾਂ ਮੰਗ ਰਹੇ ਨੇ, ਕਾਂਗਰਸ ਕਿਸ ਤਰ੍ਹਾਂ ਇਸ ਮੁੱਦੇ ਨੂੰ ਚੈਲੰਜ ਕਰੇਗੀ? ਅਨਮੋਲ, ਮੈਨੂੰ ਸੁਣ ਪਾ ਰਹੇ ਹੋ? ਮੁੜ ਤੋਂ ਜੁੜਨ ਦੀ ਅਸੀਂ ਕੋਸ਼ਿਸ਼ ਕਰਾਂਗੇ, ਕਿਉਂਕਿ ਸਭ ਤੋਂ ਵੱਡੀ ਡਿਵੈਲਪਮੈਂਟ ਇਹ ਹੈ ਕਿ ਪੰਜਾਬ ਦੇ ਵਿੱਚ ਚੋਣ ਜ਼ਾਬਤਾ ਲੱਗਿਆ ਹੋਇਆ ਹੈ। ਕਾਂਗਰਸੀ ਕਹਿ ਰਹੇ ਨੇ ਕਿ ਅਸੀਂ ਵਰਕਿੰਗ ਦੇ ਵਿੱਚ ਸਰਕਾਰ ਹਾਂ, ਭਾਵੇਂ ਚੋਣ ਜ਼ਾਬਤਾ ਲੱਗਿਆ ਹੋਇਆ ਹੈ, ਅਸੀਂ ਵਰਕਿੰਗ ਦੇ ਵਿੱਚ ਸਰਕਾਰ ਹਾਂ, ਜਦ ਤੱਕ ਨਤੀਜੇ ਨਹੀਂ ਆਉਂਦੇ, ਜਦ ਤੱਕ ਹੋਰ ਲੀਡਰ ਸੋਹਾਂ ਨਹੀਂ ਚੱਕ ਲੈਂਦੇ। ਮੁੜ ਤੋਂ ਸਾਡੇ ਨਾਲ ਅਨਮੋਲ ਗੁਲਾਟੀ ਜੁੜ ਚੁੱਕੇ ਨੇ। ਅਨਮੋਲ, ਸਮਾਂ ਮੰਗਿਆ ਗਿਆ ਅਮਿਤ ਸ਼ਾਹ ਦੇ ਦਫ਼ਤਰ ਤੋਂ, ਕੀ ਲੱਗਦਾ ਹੈ ਇਸ ਮੁੱਦੇ ਤੇ ਕਾਂਗਰਸ ਆਪਣਾ ਸਟੈਂਡ ਸਪਸ਼ਟ ਕਰਨ ਦੇ ਵਿੱਚ ਕਾਮਯਾਬ ਹੋ ਪਾਏਗੀ ਜਾਂ ਫਿਰ ਨਹੀਂ? ਕਿਸ਼ਨ, ਜਿਸ ਤਰੀਕੇ ਨਾਲ ਪਹਿਲਾਂ ਇੱਕ ਸਮਾਂ ਜ਼ਰੂਰ ਮੰਗਿਆ ਗਿਆ ਗ੍ਰਹਿ ਮੰਤਰੀ ਨੂੰ ਮਿਲਣ ਲਈ, ਬੀਬੀਐਮਬੀ ਦਾ ਮਸਲਾ, ਉਸ ਤੋਂ ਬਾਅਦ ਸਿਟਕੋ ਦਾ ਮਸਲਾ ਸਾਹਮਣੇ ਆਇਆ, ਤੇ ਇਹਦੇ ਵਿੱਚ ਖਾਸ ਤੌਰ ਤੇ ਇੱਕ ਇਹ ਵੀ ਜ਼ਰੂਰ ਸਾਹਮਣੇ ਆ ਰਹੀ ਹੈ ਚੀਜ਼ ਕਿ ਸਰਵਦਲੀ ਬੈਠਕ ਵੀ ਜਿਹੜੀ ਕਿ ਹੈ ਬੁਲਾਈ ਜਾ ਸਕਦੀ ਹੈ ਇਸ ਮੀਟਿੰਗ ਤੋਂ ਪਹਿਲਾਂ, ਯਾਨੀ ਕਿ ਪੰਜਾਬ ਦੀ ਤਮਾਮ ਜਿਹੜੀ ਸਿਆਸੀ ਧਿਰ ਹੈ ਉਹਨਾਂ ਵੱਲੋਂ ਇਹ ਸਰਵਦਲੀ ਬੈਠਕ ਕੀਤੀ ਜਾਊਗੀ, ਉਸ ਤੋਂ ਬਾਅਦ ਇੱਕ ਮੈਮੋਰੈਂਡਮ ਜਿਹੜਾ ਕੀ ਹੈ ਉਹ ਫਿਰ ਦਿੱਤਾ ਜਾ ਸਕਦਾ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ, ਉਹਨਾਂ ਨੂੰ ਧਿਆਨ ਦੇ ਵਿੱਚ ਗੱਲ ਲਿਆਈ ਜਾ ਸਕਦੀ ਹੈ ਕਿ ਕਿਸ ਤਰੀਕੇ ਨਾਲ ਤਮਾਮ ਜਿਹੜੀ ਪੰਜਾਬ ਦੀ ਤਾਕਤਾਂ ਨੇ ਉਹ ਕੇਂਦਰ ਨੂੰ ਦਿੱਤੀ ਜਾ ਰਹੀਆਂ ਨੇ, ਭਾਵੇਂ ਗੱਲ ਕੀਤੀ ਜਾਵੇ ਬੀਬੀਐਮਬੀ ਦੀ, ਪਹਿਲਾਂ ਬੀਬੀਐਮਬੀ ਦੇ ਵਿੱਚ ਅਫਸਰ ਜਿਹੜੇ ਨੇ ਉਹ ਕੇਂਦਰ ਤੋਂ ਡਿਪਿਊਟ ਕੀਤੇ ਜਾਂਦੇ ਨੇ, ਉਸ ਤੋਂ ਬਾਅਦ ਜਿਹੜੀ ਫੋਰਸ ਹੈ ਸਿਕਿਉਰਿਟੀ ਉਹ ਕੇਂਦਰ ਨੂੰ ਦਿੱਤੀ ਜਾਂਦੀ ਹੈ, ਇਸ ਤੋਂ ਇਲਾਵਾ ਸਿਟਕੋ ਦੇ ਵਿੱਚ ਐਡੀਸ਼ਨਲ ਚਾਰਜ ਦਿੱਤਾ ਜਾਂਦਾ ਹੈ ਇੱਕ ਇਹੋ ਜਿਹੇ ਅਫਸਰ ਨੂੰ ਜਿਹੜਾ ਕਿ ਕੇਂਦਰ ਦੇ ਕੇਡਰ ਤੋਂ ਹੈ, ਲੇਕਿਨ ਜਦਕਿ ਹਮੇਸ਼ਾ ਹੀ ਜਦੋਂ ਵੀ ਚਾਰਜ ਕਿਸੇ ਨੂੰ ਦਿੱਤਾ ਜਾਂਦਾ ਅਫਸਰ ਨੂੰ ਉਹ ਪੰਜਾਬ ਕੇਡਰ ਤੋਂ ਸਿਟਕੋ ਦਾ ਦਿੱਤਾ ਜਾਂਦਾ ਸੀਗਾ, ਲੇਕਿਨ ਇਸ ਵਾਰੀ ਕੇਂਦਰ ਤੋਂ ਇੱਕ ਅਫਸਰ ਪੂਰਵਾ ਗਰਗ ਨੂੰ IAS ਅਫਸਰ ਨੂੰ ਇਹ ਚਾਰਜ ਦਿੱਤਾ ਗਿਆ। ਇਹ ਤਮਾਮ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਸਾਹਮਣੇ ਜਿਹੜਾ ਕੀ ਹੈ ਸਮਾਂ ਮੰਗਿਆ ਗਿਆ ਬੈਠਕ ਦੇ ਲਈ, ਮੁਲਾਕਾਤ ਦੇ ਲਈ, ਤਾਂ ਉਸ ਤੋਂ ਪਹਿਲਾਂ ਸਰਵਦਲੀ ਬੈਠਕ ਵੀ ਜਿਹੜੀ ਕਿ ਉਹ ਬੁਲਾਈ ਜਾ ਸਕਦੀ ਹੈ, ਜਿਹਦੇ ਵਿੱਚ ਜਿਸ ਤਰੀਕੇ ਨਾਲ ਪੰਜਾਬ ਦੇ ਜਦੋਂ ਪਾਣੀਆਂ ਦਾ ਮਸਲਾ ਸੀਗਾ ਤਮਾਮ ਜਿਹੜੀ ਸਿਆਸੀ ਧਿਰ ਸੀਗੇ ਇਕੱਠੇ ਨਜ਼ਰ ਆਏ ਸੀਗੇ, ਹੋ ਸਕਦਾ ਇਸ ਮਸਲੇ ਤੇ ਵੀ ਪੰਜਾਬ ਦੀ ਸਿਆਸੀ ਧਿਰਾਂ ਸਿਆਸਤ ਨੂੰ ਛੱਡ ਕੇ ਆਪਸੀ ਰੰਜਿਸ਼ਾਂ ਨੂੰ ਛੱਡ ਕੇ ਪੰਜਾਬ ਦੇ ਮੁੱਦੇ ਦੇ ਲਈ ਇਕਜੁੱਟ ਹੁੰਦੀ ਨਜ਼ਰ ਆ ਸਕਦੀ ਹੈ। ਬਿਲਕੁਲ, ਬਹੁਤ ਵੱਡਾ ਮੁੱਦਾ ਖੇਤੀ ਕਾਨੂੰਨ ਤੋਂ ਬਾਅਦ ਭੱਕ ਸਕਦਾ। ਬਹੁਤ ਸ਼ੁਕਰੀਆ ਅਨਮੋਲ ਜਾਣਕਾਰੀ ਦੀ ਸਾਂਝ ਪਾਉਣ ਦੇ ਲਈ, ਕਿਉਂਕਿ ਵੱਖ ਵੱਖ ਸਿਆਸੀ ਧਿਰਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਵੱਡੇ ਸਵਾਲ ਚੁੱਕ ਰਹੀਆਂ ਨੇ, ਪਰ ਅਹਿਮ ਸਵਾਲ ਇਹ ਹੈ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਦੇ ਪਿੱਛੇ ਅਸਲ ਜਿਹੜਾ ਕਾਰਨ ਉਹ ਕੀ ਹੋ ਸਕਦਾ, ਮਨਸ਼ਾ ਕੀ ਹੋ ਸਕਦੀ ਹੈ, ਵੱਡਾ ਸਵਾਲ ਹੈ।